ਇਹ ਆਪਣਾ ਭਾਈ ਨੇ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਭਾਈ ਜੀ ਆਪਣਾ ਨਾਮ ਸ਼ਬੀਰ ਹੁਸੈਨ ਤੇ ਕਿਹੜਾ ਇਲਾਕਾ ਜੀ ਆਪਣਾ ਪਿੰਡੀ ਬੱਟੀਆਂ ਆਫਸਾਬਾ ਜੀ ਆਫਸਾਬਾ ਤੋਂ ਆਏ ਹੋ ਕਾਫੀ ਬੰਦੇ ਆਉਂਦੇ ਨੇ ਜੀ ਆਫਸਾਬਾ ਤੋਂ ਜੀ ਜੀ ਅਸਲ ਮਾਰਕੀਟ ਦੇ ਵਿੱਚ ਰਾਜੀ ਮਾ ਆਫਸਾਬਾ ਦਾ ਕੰਮ ਕਰਦਾ ਹੈ ਜੀ ਯਾਨੀ ਕਿ ਇਹਨੇ ਟਰੈਕਟਰ ਲੈ ਕੇ ਜਾਂਦੇ ਨੇ ਆਫਸਾਬਾ ਦੇ ਵਿੱਚ ਜੀ ਤੇ ਆਪਣਾ ਕੀ ਕਹਿਣਾ ਚਾਹੋਗੇ ਟਰੈਕਟਰ ਲੈਣ ਦੇ ਮੁਸ਼ਕਲਾਂ ਨੇ ਜ਼ਿੰਮੇਦਾਰਾਂ ਵਾਸਤੇ ਸਰ ਜੀ ਪਿਛਲੇ ਸਾਲ ਅਸੀਂ 17 ਲੱਖ ਤੇ ਕੁਝ ਪੈਸਿਆਂ ਦਾ ਲੈ ਕੇ ਗਏ ਸੀ ਟਰੈਕਟਰ ਸਹੀ 85 85 385 ਇਸ ਟਾਈਮ ਸਾਰ ਅਸੀਂ ਆਏ ਆ 30 ਲੱਖ ਰੁਪਏ ਦਾ ਟਰੈਕਟਰ ਸਨ ਮਿਲੇ ਸਹੀ उस तो हट के सर जी कोई कंट्रोल नहीं जेडी भी गवर्नमेंट आउंदी है अप तू अप अप तू अप खास करके जिम्मेदार नू मारन दी कोशिश है एक साल दे कोई भी चीज़ लैन जाओ कोई भी चीज़ लैन जाओ अज होर कल होर कल होर ए कंडीशन है जी हर चीज़ जेडी जिम्मेदार नू मिलनी है उधर रेट डॉलर के हिसाब नाल होना है सर साडा दुध इस टाइम 100 रुपए लै रहे ने जिहड़ा असीं सीरियां नूं और मुलाजमां नूं तनखावां दे के कमो पेज सानूं 300 रुपए वे पौंदा है 250 रुपए वे पौंदा है तो 100 रुपए साडा जिम्मेदार दा दुध लै रहा है यह गौरमेंट साडी जिम्मेदार नूं मारन वाली कोशिश कर रही ਇਹ ਕੰਡੀਸ਼ਨ ਹੈ ਸਰ ਔਰ ਪਾਣੀ ਦੇ ਹਿਸਾਬ ਨਾਲ ਦੁੱਧ ਪੀ ਰਹੇ ਨੇ ਜਿਹੜੇ ਸ਼ਹਿਰੀ ਲੋਕ ਜਾਂ ਦੂਜੇ ਲੋਕ ਪਾਣੀ ਦੇ ਰੇਟ ਤੇ ਦੁੱਧ ਨੈਸਲੇ ਦੀ ਬੋਤਲ ਸਰ ਮਿਲ ਰਹੀ ਹੈ 100 ਰੁਪਏ ਦੀ ਸਾਡਾ ਦੁੱਧ ਮਿਲ ਰਿਹਾ 95 ਰੁਪਏ ਬਿਲਕੁਲ ਇਹ ਜ਼ਿਮੀਦਾਰ ਦਾ ਹਾਲਾਤ ਹੈ ਸਰ ਹਾਂਜੀ ਤੇ ਬਾਕੀ ਜਿਹੜਾ ਅਰਕੀ ਰੋਲੇ ਉਹ ਖਾਦਮ ਮਗਰ ਤੇ ਕਣਕ ਦੇ ਵਾਸਤੇ ਜਿਹੜਾ ਗਵਰਨਮੈਂਟ ਨੇ ਕਿਹਾ ਵੀ ਤੁਸੀਂ 5 ਮਿੰਟ ਤੋਂ ਬਾਅਦ ਨਹੀਂ ਰੱਖੋ ਤੇ ਰੇਟ ਉਹਨਾਂ ਦੇ ਹਾਂਜੀ ਉਹ ਕਹਿ ਰਹੇ ਨੇ ਕਿ 5 ਮਿੰਟ ਤੋਂ ਉਹ ਜ਼ਿਆਦਾ ਗਵਰਨਮੈਂਟ ਜਿਹੜਾ ਜ਼ਿੰਮੇਦਾਰ ਸਟਾਕ ਨਾ ਕਰੇ ਤੇ ਅਸੀਂ ਅੰਦਰੋਂ ਵੀ ਕਢਾਵਾਂਦੇ ਇਹ ਹੋਵੇਦਾ ਉਹ ਹੋਵੇਦਾ ਸਾਡਾ ਹਾਲਾਤ ਵੇਖੋ 4-4 ਹਜ਼ਾਰ ਤੋਂ ਅਸੀਂ ਸੋਨਾ ਯੂਰੀਆ ਜਿਹੜੀ 700 ਰੁਪਏ ਦੀ 4-4 ਹਜ਼ਾਰ ਤੋਂ ਲੈ ਕੇ ਬਲੈਕ ਵਿੱਚ ਅਸੀਂ ਪਾਈ 4-4 ਹਜ਼ਾਰ ਰੁਪਏ ਸੀਰੀਆਂ ਨੂੰ ਅੱਜ ਸੀਰੀ ਜਿਹੜੇ ਗਰੀਬ ਨੇ ਉਹਨਾਂ ਨੂੰ ਅਸੀਂ ਤਨਖਾਹ ਦੇ ਰਹੇ ਹਾਂ ਕੰਮ ਅੱਗੇ ਉਹਨਾਂ ਦਾ ਹੁਣ ਸਰਦਾ ਨਹੀਂ ਉਹਨਾਂ ਦੀ 25-25 ਹਜ਼ਾਰ ਤਨਖਾਹ ਕਰਕੇ ਪਿੱਛੋਂ ਸਾਨੂੰ ਬਚਦਾ ਹੀ ਕੁਝ ਨਹੀਂ ਬਿਲਕੁਲ ਇਹ ਹਾਲਾਤ ਨੇ ਸਰ ਜੀ ਸਾਡੇ ਦਵਾਈਆਂ ਅੱਪ ਦਵਾਈਆਂ ਨੇ ਡਾਲਰ ਨਾਲ ਖਾਦਾਂ ਨੇ ਡਾਲਰ ਨਾਲ ਤੇ ਜ਼ਿਮੀਦਾਰ ਦੀ ਕੀ ਜ਼ਿਮੀਦਾਰ ਦੀ ਖੈਰ ਹੈ ਕੋਈ ਗੱਲ ਨਹੀਂ ਜ਼ਿਮੀਦਾਰ ਨੂੰ ਜ਼ਿਮੀਦਾਰ ਦੀ ਫਸਲ ਜਿਹੜੀ ਉਹ ਵੀ ਉਹਨਾਂ ਦੀ ਮਰਜ਼ੀ ਨਾਲ ਉਹਨਾਂ ਦੀ ਮਰਜ਼ੀ ਨਾਲ ਉਹਨਾਂ ਦੀ ਮਰਜ਼ੀ ਨਾਲ ਚਲੋ ਜੀ ਅੱਲਾ ਖੈਰ ਕਰੇ ਜੀ ਸਾਡੇ ਮੁਲਕ ਤੇ ਤੇ ਕੋਈ ਨੇਕ ਹੁਕਮਰਾਨ ਜਿਹੜੇ ਆ ਉਹ ਸਾਨੂੰ ਦਵੇ ਜਿਹੜੇ ਕੁਝ ਮੁਲਕ ਦੇ ਬਾਰੇ ਵਿੱਚ ਸੋਚਣ ਮੇਰੇ ਖਿਆਲ ਨਾਲ ਤੱਲੇ ਹੀ ਇਹ ਕੋਈ ਸਾਨੂੰ ਨੇਕ ਦੇ ਛੱਡੇ ਲੇਕਿਨ ਇਮਰਾਨ ਖਾਨ ਤੇ ਮਤਲਬ ਜਿਹੜੀ ਕੰਡੀਸ਼ਨ ਉਹ ਕਰ ਰਹੇ ਨੇ ਇਸ ਟਾਈਮ ਉਹਨਾਂ ਨੇ ਬਦਮਾਸ਼ ਬਣਾ ਦਿੱਤਾ ਪੁਲਿਸ ਨੂੰ ਸਹੀ ਸਟੈਬਲਿਸ਼ਮੈਂਟ ਉੱਤੇ ਕਰ ਰਹੀ ਹੈ ਇਮਰਾਨ ਖਾਨ ਦੇ ਉੱਤੇ ਹਕੂਮਤ ਕਰ ਰਹੇ ਨੇ ਇਮਰਾਨ ਖਾਨ ਉਹਨਾਂ ਦੇ ਹਾਲਾਤ ਇਮਰਾਨ ਖਾਨ ਨੂੰ ਇਸ ਤੱਕ ਲਿਆ ਰਹੇ ਨੇ ਮਤਲਬ ਪਾਕਿਸਤਾਨ ਦਾ ਮੁਲਕ ਹੀ ਨਹੀਂ ਹੈ ਇੰਜ ਜਿਵੇਂ ਕਸ਼ਮੀਰ ਬਣਿਆ ਖਲੋਤਾ ਸਰ ਅੱਗੇ ਇਮਰਾਨ ਖਾਨ 3 ਸਾਲ ਹਕੂਮਤ ਕੀਤੀ ਹੈ जी मैं तुम दसना इमरान खान साडे नाल जितना जिमीदारा नाल कीता है ना अज तक नहीं होया 800 तो 2200 रुपए विच उस कणक इमरान खान लैंदी 2200 रुपया रेट और इमरान खान जिहड़ी चीज़ ते पाबंदी लैंदा सी सर उत्थे ये नून लीक दे माफिया बैठे हुंदे सी ਹਾਂਜੀ ਉਹ ਉਦੋਂ ਮਤਲਬ ਅੱਗੋਂ ਹਕੂਮਤ ਨੂਨ ਲੀਗ ਦੀ ਮਾਫੀਆ ਦੀ ਹੁੰਦੀ ਹੈ ਇਮਰਾਨ ਖਾਨ ਕੋਈ ਗੱਲ ਅਮਲ ਦਰਾਮਦ ਪੂਰਾ ਵੀ ਕਰਿਆ ਤੇ ਹੁੰਦਾ ਨਹੀਂ ਸੀ ਯਾਨੀ ਬੰਦੇ ਪਿੱਛੇ ਉਹਨਾਂ ਦੇ ਬੈਠੇ ਆ ਜੀ ਪਿੱਛੇ ਉਹਨਾਂ ਦੇ ਬੈਠੇ ਸੀ ਚਲੋ ਜੀ ਅੱਲਾ ਖੈਰ ਕਰੇ ਜੀ ਹੁਣ ਮਜ਼ੀਦ ਅੱਗੇ ਜਿਹੜੇ ਆਉਣ ਵਾਲੇ ਸਾਲ ਆ ਉਹ ਬਿਹਤਰੀ ਹੋਵੇ ਜੀ ਜੀ ਤੇ ਠੀਕ ਹੈ ਸਰ ਬਹੁਤ ਸ਼ੁਕਰੀਆ ਗੱਲ